أعوذ بالله من الشيطان الرجيم. بسم الله الرحمن الرحيم. وبلغنا رسول
സുബ്ഹാനല്ലാ സുബ്ഹാനല്ലാ. ഉസാജിയം ഹദ്രത്തെ കിബ്ല ഖാരി അബ്ദുസ്സാർ മിർവി സാഹിബ് ਬੜੇ ਸੋਹਣੇ ਨਾਜ਼ ਨਾਲ ਅੱਲਾਹ ਦੇ ਪਾਕ ਕਲਾਮ ਦੀ ਤਿਲਾਵਤ ਕਰਦੇ ਪਿਆ, ਤੁਹਾਡੇ ਸਾਡੇ ਦਿਲਾਂ ਨੂੰ ਨਵਰ ਕਰਦੇ ਪਿਆ. ਆਖੋ ਸੁਭਾਨ ਅੱਲਾਹ, ਕੁਰਾਨ 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 ਦੀ ਅਜ਼ਮਤ ਤੇ ਸ਼ਾਨ ਦਾ ਪੱਤਾ ਉਮਰ ਲਗਸੀ ਜਿਹੜੇ ਵੇਲੇ ਆਪਾਂ ਮਰ ਤੇ ਕਬਰ ਚ ਪਹੁੰਚੂ. ਲੇਕਿਨ ਇੱਥੇ ਹੀ ਕਰਨਾ ਚਾਹੀਦਾ ਅਜ਼ਮਤ ਤੇ ਸ਼ਾਨ ਕੁਰਾਨ ਤੇ ਮਿੱਠੇ ਮੁਸਤਫਾ ਦਾ ਫਰਮਾਨ. ਬਾਣੀ ਮਹਿਫਿਲ ਜਨਾਬ ਭਾਈ ਕਾਰੀ ਮੁਹੰਮਦ ਅਖਤਰ ਮੇਰਵੀ ਸਾਹਿਬ ਬੜੇ ਸੋਹਣੇ ਅੰਦਾਜ਼ ਨਾਲ ਜਿਵੇਂ ਜੋ ਹਰ ਸਾਲ ਮਹਿਫਿਲ ਸਜੇਂਦ ਤੇ ਅੱਲਾਹ ਤਾਲਾ ਇਹਨਾਂ ਦੇ ਇਲਮ ਵਿੱਚ ਅਮਲ ਵਿੱਚ ਬਰਕਤਾਂ ਅਤਾ ਫਰਮਾਏ, ਆਮੀਨ. ਕੁਰਾਨ ਦੀ ਕਦਰ ਕੀਤੀ ਕਰ ਮੇਰੇ ਨਬੀ ਨੇ ਇਹ ਨੀ ਫਰਮਾਇਆ ਜਿਹਦੇ ਕੋਲ ਪਰਾਜੋਕਾਰ ਹੈ ਉਹ ਚੰਗਾ ਹੈ, ਆਕਾ ਨੇ ਇਹ ਨੀ ਫਰਮਾਇਆ ਜਿਹਦਾ ਰਕਬਾ ਜ਼ਿਆਦਾ ਹੈ ਉਹ ਚੰਗਾ ਹੈ. ਮਿੱਠੇ ਮੁਸਤਫਾ ਨੇ ਫਰਮਾਇਆ ਚੰਗਾ ਉਹ ਜਿਹੜਾ ਕੁਰਾਨ ਪੜ੍ਹਦੇ ਤੇ ਪੜ੍ਹੇ. ਮੇਰਾ ਨਬੀ ਉਹ ਕੋ ਚੰਗਾ ਆ ਕੇ ਤੂੰ ਮੈਂ ਗੱਲ ਹੀ ਕਰੂੰ ਆਪਣਾ ਅਕਲ ਕੰਮ ਜੀ ਨਾ ਦੇ, ਲੇਕਿਨ ਨਬੀ ਤਾਂ ਫਰਮਾ ਦੀ ਤੇ ਚੰਗਾ ਹੈ. ਪਰ ਸਾਹਮਣੇ ਕਾਰੀ ਸਾਹਿਬ ਨੇ ਮੇਰੇ ਹੁਕਮ ਕੀਤੇ, ਕਾਰੀ ਅਖਤਰ ਸਾਹਿਬ ਜਨਾਬ ਹਾਜ਼ਰ ਮੁਲਾਜ਼ਮ ਸਹੀਦੀ ਸਾਹਿਬ ਤਸ਼ਰੀਫ ਜਨਾ ਹੁਸੈਨ ਆ ਤੇ ਮੁਖਤਸਰ ਜੀ ਹਾਜ਼ਰੀ ਪੇਸ਼ ਕਰੇ ਸਨ. ਨਾਬੀਨਾ ਸਨਾ ਖਾਨ ਹੈ ਔਰ ਸਾਡੇ ਇਲਾਕੇ ਦੀ ਖੂਬਸੂਰਤ ਆਵਾਜ਼ ਹੈ. ਜਨਾਬ ਹਾਫਿਜ਼ ਮੁਲਾਜ਼ਮ ਸਹੀਦੀ ਸਾਹਿਬ ਇਹ ਮੇਰੇ ਪੀਰ ਭਾਈ ਹੈ. ਜਨਾਬ ਹਾਫਿਜ਼ ਮੁਲਾਜ਼ਮ sallallahu alayka ya rasulullah wa sallallahu alayka ya مشہور زمانہ کلام ذکر نال وہ شان پیش کرنا صحبت